ਏ ਆਕਾਸ਼ਵਨੀ ਜੰਮੂ ਹੈ ਸੰਜਾ ਖਬਰੇ ਜੇ ਤੁਹਾਨੂੰ ਸਵਾਗਤ ਪਹਿਲੇ ਖਾਸ ਖਾਸ ਖਬਰੇ ਕਨੇ ਮੈਂ ਪੂਨਮ ਡੋਗੜਾ ਮੁਲਖਾ ਚ ਕੋਵਿਡ ਕਾਰਨ ਪੈਦਾ ਹੋਈ ਸਕਨੇ ਵਾਲੀ ਕੁਸਾਬੀ ਸਥਿਤੀ ਕਨੇ ਨਿਭੜਨੇ ਲਈ ਤਿਆਰੀਆਂ ਦੀ ਪਰਖ ਕਰਨ ਲਈ ਅੱਜ ਮੁਲਕ ਪਰ ਅਜ ਮੌਕ ਟ੍ਰਿਲ ਦਾ ਸਰਿਸਤਾ ਕੀਤਾ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰੇ ਕੁੜੀ ਦੀ ਸਿੱਖਿਆ ਉੱਪਰ ਜ਼ੋਰ ਦਿੰਦੇ ਹੋਏ ਆਖਿਆ ਜੇ ਬੱਚੀਆਂ ਦੇ ਮਾਤਾ ਪਿਤਾ ਸਮੇਤ ਪੂਰੇ ਸਮਾਜ ਦੀ ਇਹਦੇ ਚ ਸਹਿਯੋਗ ਦੇਣਾ ਲੋੜਦਾ ਹੈ ਪਾਕਿਸਤਾਨ ਦੇ ਬਲੂਚਿਸਤਾਨ ਇਲਾਕੇ ਚ ਹੋਏ ਦੇ ਚਾਰ ਪੰਮ ਧਮਾਕੇ ਚ ਛੇ ਸੁਰੱਖਿਆ ਕਰਮੀਆਂ ਦੀ ਮੌਤ ਤੇ 17 ਹੋਰ ਜ਼ਖਮੀ ਹੋਏ ਗਏ ਨਾ ਜੰਮੂ ਚ ਅੱਜ ਵੀ ਬੜਲੇ ਕਣੀ ਤੁੰਦ ਦੇ ਚਲਦੇ ਆਮ ਜਨ ਜੀਵਨ ਪ੍ਰਭਾਵਿਤ ਰੇਲਾਂ ਤੇ ਸੜਕਾਂ ਪਰ ਗੱਡੀਆਂ ਦੀ ਆਵਾਜਾਈ ਪਰ ਵੀ ਅਸਰ ਦਿਖਨੇ ਗਿਲਾ ਬੈ ਕਬੀ ਨੇ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ कोविड कारण पैदा हो सकने वाली कुषब चुनौती या स्थिति का निपटने के तैयारी की परख करने के लिए आज मुल्क भर अच अस्पतालों च मॉक ड्रिल दा सरिस्ता की ता गया। ए परख किस मुल्कें च कोविड दे बदते मामले की ध्यान अच रखती हुई कराई गई। इस दौरान ऑक्सीजन प्लांट, वेंटिलेटरें सम्यानोप करने ते अमले दी दस्तयाबी बखी। चे च ध्यान दिंदे हुई बुनियादी सुल्तेन दी समीक्षा की ती गई। प्रधानमंत्री नरेंद्र मोदी उन दे आसिया मुल्क आज कोरोना दे स्थिति दी समीक्षा बैठक दे बाद इस मॉक ड्रिल अली परख करवाने दा ਫਸਲਾ ਲਟ ਗਿਆ ਹਰ ਗਵਰਨਮੈਂਟ ਮੈਡੀਕਲ ਕਾਲਜ ਜੰਮੂ ਦੇ ਮੈਡੀਕਲ ਸੁਪਰਿੰਟੈਂਡੈਂਟ ਡਾਕਟਰ ਨਰਿੰਦਰ ਸਿੰਘ ਭਟਿਆਲੂ ਰੇਂਗਲਾ ਹੈ ਜੀ ਜੀ ਐਮ ਸੀ ਕੋਵਿਡ ਦੀ ਕੁਸਾਬ ਸਥਿਤੀ ਕਰਨੇ ਨਿਭੜਨੇ ਲਈ ਪੂਰੀ ਚਾਲੀ ਤਿਆਰ ਹੈ ਉਹਨੇ ਗਲਾਇਆ ਹਸਪਤਾਲ ਦੇ ਡਾਕਟਰ ਨਰਸਾਂ ਤੇ ਨੀਮ ਡਾਕਟਰੀ ਅਮਲਾ ਕੋਵਿਡ ਥਾਮਾ ਨਿਭੜਨੇ ਲਈ ਪੂਰੀ ਚਾਲੀ ਤਿਆਰ ਨਾ ਕੋਵਿਡ ਕਾਰਨ ਪੈਦਾ ਹੋ ਸਕਣੇ ਵਾਲੀ ਕੁਸਾਬ ਸਥਿਤੀ ਕੰਨ ਨਿਭਣੇਗੇ ਤੇ ਪਿਆਰੀਆਂ ਦੀ ਪਰਖ ਕਰਨ ਵਾਲੇ ਅੱਜ ਪੂਰੇ ਮੁਲਖਾ ਚ ਚਲੇ ਦੇ ਮੌਕ ਟ੍ਰਿਲ ਦੌਰਾਨ ਤੇ ਉਹਦੇ ਹਿੱਸੇ ਦੇ ਤੌਰ 'ਤੇ ਚਮੂਚ ਵੀ ਇੱਕ ਡ੍ਰਿਲ ਕਰਵਾਈ ਗਈ ਪ੍ਰਿੰਸੀਪਲ ਡਾਕਟਰ ਅੰਜਲੀ ਨਾਦਰ ਭਾਟੋਰੇ ਜੀਐਮਸੀ ਕਠਵਾ ਚ ਆਕਸੀਜਨ ਸਹੰਤਰ ਤੇ ਵੈਂਟੀਲੇਟੇਟਿੰਦੀ ਸਥਿਤੀ ਦਾ ਜਾਲਾਤਾ ਉਹਨੇ ਗਲਾਇ ਜੀਐਮਸੀ ਕਠਵਾ ਕੋਵਿਡ ਦੀ ਕੁਸਬ ਸਥਿਤੀ ਕਰਨੇ ਨਿਭਣ ਲਈ ਪੂਰੀ ਚਾਲੇ ਤਿਆਰ ਹੈ ਮੁਲਕ ਭਰਾਂਚੇ ਕੀਤੀ ਗਈ ਦੀ ਮੌਕ ਡ੍ਰਿਲ ਦੇ ਇੱਕ ਸਦਤ ਤੌਰ ਆ ਪਰ ਸਾਹਬਾਦ ਜ਼ਿਲ੍ਹਾ ਹਸਪਤਾਲ ਜੂ ਵੀ ਕੋਰੋਨਾ ਕਾਰਨ ਪੈਦਾ ਹੋਈ ਸਕਣਿਆਲੀ ਕੁਸੇਬਿ ਸਥਿਤੀ ਕਨ ਨਿਭੜਨੇ ਲਈ ਤਿਆਰੀ ਦੀ ਪਰਖ ਕਿਤੇ ਅਭਿਆਸ ਕਰਾਇਆ ਗਿਆ ਮੈਡੀਕਲ ਸੁਪਰਡੈਂਟ ਡਾਕਟਰ ਮਹਿੰਦਰ ਕੁਮਾਰ ਸ਼ਰਮਨ ਦੀ ਦਿਖਰੀ ਖਜ ਇਸ ਪੂਰੀ ਪ੍ਰਕਿਰਿਆ ਕੀ ਤੋੜ ਛਾੜਿਆ ਗਿਆ राष्ट्रपति द्रौपदी मुर्मू हो की शिक्षा की बढ़ावा देने ते दे महिला सशक्तिकरण च मदद ले बच्चे दे माता पिता समेत पूरे समाज को सहयोग देने का आहवान किया हैदराबाद च केशव मेमोरियल एजुकेशन सोसायटी विद्यार्थियों अध्यापकें की संबोधित करते हुए उन्होंने कि शिक्षा ते ज्ञान माहू की सबने शा बड़ी दौलत ते ताकत है इस कर बच्चें पढ़ने की आदत पाना बड़ा जरूरी है राष्ट्रपति इस होरान किश बच्चें गलब भी की उन्हें अपनी ਸੰਸਕ੍ਰਿਤੀ ਤੇ ਵਿਰਾਸਤ ਕਾਇਨ ਜੁੜੇ ਦੇ ਰਹੁਣ ਦੀ ਜ਼ਰੂਰਤਤਾ ਪਰ ਜ਼ੋਰ ਪਾਇਆ ਰਾਮਬਨ ਜ਼ਿਲ੍ਹੇ 'ਚ ਇਮਾਰਤਾਂ ਤੇ ਹੋਰ ਨਿਰਮਾਣ ਕੰਮਾਂ 'ਚ ਮਲਵਜ਼ ਮਜ਼ਦੂਰਾਂ ਸ਼੍ਰਮਿਕਾਂ ਦੀ ਭਲਾਈ ਬਿਹਤਰੀ ਲਈ ਖੜੇ ਰਹੇ ਦੇ ਬੋਰਡ ਤਹਿਤ ਦਰਜ ਮਜ਼ਦੂਰਾਂ ਦੇ ਕੋਈ 900 ਬੱਚੇ ਹੀ 65 ਲੱਖ ਰੁਪਏ ਦੀ ਰਕਮ ਵਜ਼ੀਫੇ ਦੇ ਤੌਰਾ ਪਰ ਵੰਡੀ ਗਈ ਰਾਮਬਨ ਦੇ ਪ੍ਰਭਾਰੀ ਅਸਿਸਟੈਂਟ ਲੇਬਰ ਕਮਿਸ਼ਨਰ ਡਾਕਟਰ ਸੁਸ਼ਾਂਤ ਮਾਜਨੋ ਨੇ ਸਾਲਾਨਾ ਵਜ਼ੀਫੇ ਦੀ ਇਹ ਰਕਮ ਲਾਭਾਰਥੀ ਬੱਚਿਆਂ ਦੀ ਦਿੱਤੀ ਜਿਹੜੀ ਉਹਨਾਂ ਦੀ ਪੜ੍ਹਾਈ ਸਰਬੰਧੀ ਕੰਮੇ ਲਈ ਮਦਦ ਦੇ ਤੌਰਾ ਪਰ ਦਿੱਤੀ ਜਾਂਦੀ ਹੈ ਇਸ ਮੌਕੇ ਸਾਡੇ ਸੰਵਾਦਦਾਤਾ ਕੰਨੇ ਗੱਲ ਕਰਦੀ ਹੋਈ ਡਾਕਟਰ ਸੁਸ਼ਾਂਤ ਮਾਜਨੋ ਨੇ आख्या की जो मुहिम चलाई जा रही है इस एली चलाई जा रही है ताकि जो बच्चे हैं उनकी जो पढ़ाई है वो बिल्कुल भी मुतासर ना हो आज हम लोगों ने लगभग 900 बच्चों को स्कॉलरशिप रिलीज की है गुजशत एक माह में हमने लगभग डेढ़ हजार लोगों को स्कॉलरशिप रिलीज की है बच्चों को एक करोड़ पंद्रह लाख रुपए की एवज में एक खबर तुम आकाशवाणी जम्मू पर सुनाते हो बाकी दबरें कूनम डोगरा ਪਾਕਿਸਤਾਨ ਦੇ ਬਲੂਚਿਸਤਾਨ ਚ ਉਹ ਇਹ ਦੇ ਕਈ ਬੰਬ ਧਮਾਕੇ ਚ ਇੱਕ ਕੈਪਟਨ ਸਨੇ 7 ਪਾਕਿਸਤਾਨੀ ਸੁਰੱਖਿਆ ਕਰਮੀ ਮਾਰੇ ਗਏ ਤੇ 17 ਹੋਰ ਨੇ ਦੇ ਕਾਇਲ ਹੋਣ ਦੀ ਖਬਰ ਹੈ ਉਥੇ ਕੁੱਲ 4 ਬੰਬ ਧਮਾਕੇ ਹੋਏ ਨਾ ਜਿੰਦੇ ਚਾਂ 2 ਕੁਇਟਾ ਚ ਇੱਕ ਕੋਲੂ ਜ਼ਿਲ੍ਹੇ ਦੇ ਕਾਨ ਇਲਾਕੇ ਚ ਤੇ ਚੌਥਾ ਧਮਾਕਾ ਤੁਰਬਚੋਆ ਇਹਨਾਂ ਚ ਪਹਿਲੇ ਆਦੂ ਐਤਵਾਰੇ ਵੀ ਬਲੂਚਿਸਤਾਨ ਦੇ ਕਾਨ ਇਲਾਕੇ ਚ ਉਹ ਇਹ ਦੇ ਬੰਬ ਧਮਾਕੇ ਚ ਪਾਕਿਸਤਾਨੀ ਫੌਜ ਦੇ 5 ਗਰਮੀ ਮਾਰੇ ਗਏ ਹੈ ਜੰਮੂ ਕਸ਼ਮੀਰ ਦੀ ਕਲਾ ਸੰਸਕ੍ਰਿਤੀ ਤੇ ਪਾਸ਼ਾ ਅਕਾਦਮੀਆਂ ਸਿਆ ਜੰਮੂ ਦੇ ਅਭਨਵ ਥੀਏਟਰ ਚ 24 ਦਿਨਾਂ ਦੇ ਸੰਗੀਤ ਉਤਸਵ ਦਾ ਸਿਰਜਤਾ ਕੀਤਾ ਗਿਆ ਜਿਹਦੇ ਚ ਸਮੂਲਚੇ ਜੰਮੂ ਪ੍ਰਾਂਤ ਦੇ ਬੱਕ ਬੱਕ ਇਸੇ ਥਾਂ ਆਏ ਦੇ ਕੋਈ 75 ਦੇ ਕੋਲ ਕਲਾਕਾਰਾਂ ਨੇ ਆਪਣੀ ਪੇਸ਼ਕਸ਼ਾਂ ਲੋਕਾਂ ਦੇ ਸਾਹਮਣੇ ਰੱਖਾ ਕਰ ਦੇਣਾ ਪਹਿਲੇ ਦਿਨ ਦੇ ਕਾਰਜਕ੍ਰਮ ਡੋਗਰੀ ਸੰਗੀਤ ਦੇ ਨਮਿਤਰੇ ਸੰਗੀਤ ਉਤਸਵ ਦਾ ਉਦਘਾਟਨ ਪਰੰਪਰਿਕ ਦੀਪ ਬਾਲੀਏ ਕੀਤਾ ਗਿਆ ਜਿਨੇ ਇਹ ਦੀਪਾ ਲਿਆ ਉਹਦੇ ਚ ਸਾਬਕਾ ਡੀਐਸਪੀ ਦਲੀਪ ਸਿੰਘ ਬਲੋਰੀਆ ਕਲਾ ਅਕਾਦਮੀ ਦੇ ਸਚਿਵ ਭਾਰਤ ਸਿੰਘ ਰੇਡੀਓ ਟੈਲੀਵਿਜ਼ਨ ਤੇ ਰੰਗਮੰਚ ਦੇ ਵਰਿਸ਼ਟ ਅਦਾਕਾਰ ਜਨਕ ਖਜੂਰੀਆ ਵੀ ਸ਼ਾਮਲ ਹੈ ਉਤਸਵ ਦੇ ਦੂਰ ਰੋਜ ਕਲ ਕਲਾਕਾਰ ਖੇਤਰੀਏ ਪੰਜਾਬੀ ਤੇ ਸੂਫੀਆਨਾ ਸੰਗੀਤ ਪੇਸ਼ ਕਰਨਗੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ ਜੰਮੂ ਕਸ਼ਮੀਰ ਤੇ ਲਦਾਖ ਪਾਸਿਆ ਉਦਮਪੁਰ ਜ਼ਿਲ੍ਹੇ ਦੇ ਰਾਮਨਗਰ ਚ ਤ੍ਰਉਂ ਰੋਜਾ ਮਲਟੀਮੀਡੀਆ ਫੋਟੋ ਨਿਮਾਇਸ਼ ਦਾ ਸਰੇਸ਼ਤਾ ਕੀਤਾ ਗਿਆ ਉਦਮਪੁਰ ਦੇ ਡੀਡੀਸੀ ਚੇਅਰਮੈਨ ਲਾਲ ਚੰਦੋ ਨੇ ਬਿਊਰੋ ਦੇ ਜੁਆਇੰਟ ਡਾਇਰੈਕਟਰ ਗੁਲਾਮ ਅਬਾਸੁੰਦੀ ਮੌਜੂਦਗੀ ਚ ਇਹਦਾ ਉਦਘਾਟਨ ਕੀਤਾ ਇਸ ਮੌਕੇ ਉਪਰ ਬੋਲਦੇ ਹੋਏ ਡੀਡੀਸੀ ਪ੍ਰਧਾਨ ਨੇ ਆਖਿਆ सेंट्रल ब्यूरो ऑफ कम्युनिकेशन इन्होंने जितने भी जहाँ डिपार्टमेंट है एग्रीकल्चर हार्टीकल्चर सभी को जहाँ बुलाया हुआ है वो लोगों को अवेयर कर रहे हैं हर डिपार्टमेंट के इम्प्लाई भी आए हुए हैं लोकल लोग आए हुए हैं बारी बारी से वो उनको अवेयर कर रहे हैं इस मौके पर बोलते हुए ज्वाइंट डायरेक्टर गुलाम अब्बास आख्या ये बहुत सारे प्रोग्रामों की एक कड़ी है जो कि हम पूरे साल लोगों तक पहुंचाते हैं तो इसमें हमने अठारह से लेकर उन्नीस तक का जो भी आजादी के मुख्तलि मरहल हैं उनके बारे में एग्जीबिशन लगाया है ਰਾਮਬੰਨ ਜ਼ਿਲ੍ਹੇ ਦੇ ਚੰਦਰਕੋਟ ਦੇ ਨਿਰੋਗ ਸਿਹਤ ਕੇਂਦਰ ਚ ਅੱਜ ਲਾਇਆ ਗਿਆ ਦੇ ਇੱਕ ਵਿਸ਼ੇਸ਼ ਮੈਡੀਕਲ ਕੈਂਪ ਚ 152 ਬਜ਼ੁਰਗਾਂ ਕੀ ਉਮਰ ਸਰਬੰਦੀ ਪ੍ਰਮਾਨ ਪੱਤਰ ਜਾਰੀ ਕੀਤੇ ਗਏ ਇਨੇ ਬਜ਼ੁਰਗਾਂ ਕਸ਼ ਆਪਣੀ ਪਦਾਸ਼ ਸਰਬੰਦੀ ਕੋਈ ਰਿਕਾਰਡ ਨਹੀਂ ਹਾ ਤੇ ਬਜ਼ੁਰਗਾਂ ਕੀ ਦਿੱਤੇ ਜਾਣੇ ਵਾਲੀ ਬਿਰਧ ਅਵਸਥਾ ਪੈਂਚਲ ਆਸਲ ਕਰਨੇ ਲਈ ਇਨੇ ਕੀ ਪਦਾਸ਼ ਸਰਟੀਫਿਕੇਟ ਦੀ ਲੋੜ ਹੀ ਜਿਹੜਾ ਇੰਦੇ ਕਸ਼ ਨਹੀਂ ਹਾ ਸਮਾਜ ਕਲਿਆਣ ਵਿਭਾਗ ਮਿਆਸਿਆ ਦਿੱਤੀ ਜਾਣ ਵਾਲੀਆਂ ਪੈਨਸ਼ਨਾਂ ਜਿੰਦੇ ਚ ਬੇਵਾ ਪੈਨਸ਼ਨ ਤੇ ਬਿਰਧ ਅਵਸਥਾ ਪੈਨਸ਼ਨ ਵਗੈਰਾ ਸ਼ਾਮਲ ਨਾ ਉਹਦੇ ਲਈ ਪ੍ਰਮਾਨ ਪੱਤਰ ਦੀ ਲੋੜ ਪਉਂਦੀ ਹੈ ਜਿਹੜੇ ਡਾਕਟਰੀ ਜਾਂਚ ਕਰਨੇ ਦੇ ਬਾਅਦ ਹੁਨੇਗੀ ਦਿੱਤੇਗੇ ਇਸ ਮੌਕੇ ਗੱਲ ਕਰਦੀ ਹੋਈ ਬੀਐਮਓ ਬਟੌਰ ਡਾਕਟਰ ਓਪੀ ਸਿੰਘ ਬਰੇ ਆਖਿਆ नॉन केमिकल डिजीज जिसमें हम बीपी शुगर सारा चेक कर रहे हैं और फ्री मेडिसिन दे रहे हैं दूसरा एज सर्टिफिकेट का है और सर तीसरा जो है हमारे बच्चे जो भी आयुष्मान सेहत कार्ड से छूटे हुए हैं उनकी रजिस्ट्रेशन भी आज हम यहाँ कर रहे हैं आने वाले टाइम में हमारा कैंप राजगढ़ में भी है सनासर में भी है और भी जगहों पर लगेंगे पहले इनको खिदमत सेंटर से रजिस्टर्ड होना है उसके बाद यहाँ हमारे पास आके तो एज सर्टिफिकेट इनको इशू करेंगे ਰਾਮਬੰਨ ਜ਼ਿਲ੍ਹੇ 'ਚ ਅੱਜ ਬੜਲੇ ਇੱਕ ਤੇਲ ਟੈਂਕਰ ਦੇ ਸੜਕੇ ਭਰਰੂਲ ਕੀਏ ਖਲ ਇੱਕ ਡੂੰਗੀ ਖੱਡਾ 'ਚ ਜੈਪੋਨੇ ਵਾਲੀ ਘਟਨਾ 'ਚ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ। ਇਹ ਆਦਿ ਕਾਲਮੋਰ ਥਾਰ ਪੇਸ਼ ਆਇਆ ਜਿਹਦੇ ਦੇ ਡਰਾਈਵਰ ਦੀ ਮੌਕੇ ਉੱਪਰ ਗਈ ਮੌਤ ਹੋ ਗਈ। ਉਹਦੀ ਪਛਾਣ ਤਰਾਲ ਦੇ ਰੋਨੇ ਵਾਲੇ ਸਮੀਰ ਅਹਿਮਦ ਰਾਠਰ ਦੇ ਤੌਰ 'ਪਰ ਕੀਤੀ ਗਈ ਹੈ। ਆਸੇਦੇ ਤੁਰਤ ਮਗਰਾ ਪੁਲਸ ਫੌਜ ਤੇ ਪ੍ਰਦੇਸ਼ ਆਫਤਾ ਕਾਰਵਾਈ ਬਲਾਸਿਆ ਬਚਾਅ ਕਾਰਵਾਈ ਸ਼ੁਰੂ ਕੀਤੀ ਗਈ। ਜੰਮੂ ਸ਼ਹਿਰ 'ਚ ਬੜੀ ਕੜਾਕੇ ਦੀ ਠੰਡ ਪਵਾ ਕਰਦੀ ਹੈ ਅੱਜ ਬਦਲੇ ਥਮਾ ਕੇ ਪੂਰੇ ਸ਼ਹਿਰ 'ਚ ਧੁੰਦ ਦਿਖਣੇ ਦੀ ਲੱਭੀ ਇਹਦੇ ਕਰੀ ਲੋਕਾਂ ਦੀ ਬੜੀ ਮਤੀ ਦਿੱਕਤਾਂ ਤੇ ਪਰੇਸ਼ਾਨੀਆਂ ਕਨੇ ਰੂਬਰੂ ਉਹਨਾਂ ਪਵਾ ਕਰਦਾ ਧੁੰਦ ਕਰੀ ਛਿੜਕੇ ਉੱਪਰ ਗੱਡੀਆਂ ਤੇ ਟ੍ਰੇਨਾਂ ਦੀ ਆਉ ਜਾਈ ਉੱਪਰ ਬੜਾ ਮਤਾ ਅਸਰ ਦਿਖਣੇ ਦੀ ਲੱਭਾ ਬੜੀ ਮਤੀ ਠੰਡੂ ਕੋ ਲੱਭਣੇ ਲਈ ਲੋਕਾਂ ਦੀ ਚਾਹ ਪੀਂਦੇ ਤੇ ਅੱਗ ਸੇਕਦੇ ਦਿਖਿਆ ਗਿਆ ਡੀਡੀ ਨਿਊਜ਼ ਦੇ ਸੰਵਾਦਤਾ ਕਨੇ ਗੱਲ ਕਰਦੀ ਹੋਈ ਡੀਡੀਐਮ ਜੰਮੂ ਉਚਿਤ ਸਿੰਘ ਲੋਰੇਦਸਿਆ फी रूट पड़ रही है रात के टाइम पे अर्ली मॉर्निंग तक जिसकी वजह से जो टर्मिनेटिंग ट्रेन है यहाँ पर जम्मू उधमपुर कटरा उसमें जो इनबाउंड बाउंड ट्रेन है वो सफर होके आ रही है क्योंकि ट्रेन लेट हो रही है तो स्टेशन पर भी इवनिंग में रश थोड़ा बढ़ता है जिसके कारण हम ड्राइव कर रहे हैं आर और जी को साथ में लेकर स्टेशन पर अनऑथोराइज पर्सन न रहे और जिनेटिंग पंक्चुअलिटी को बनाए रखने के लिए यथासंभव प्रयास किए जा रहे हैं किस मुकामी लोग मौसम बारे गल करते हुए आख्या ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੋ ਪਾਰਾ ਹੈ 2 ਡਿਗਰੀ ਤੱਕ نیچے ਗਿਰ ਗਿਆ ਹੈ ਠੰਡ ਬੜੀ ਹੈ ਤਾਂ ਹਮ ਆਗ ਜੇ ਲਾਤੇ ਹਾਂ ਲੱਕੜੀਆਂ ਇਕੱਠੇ ਕਰਕੇ ਮੈਂ ਜਗਦੀਸ਼ ਕੁਮਾਰ 2-3 ਦਿਨ ਸੇ ਬਹੁਤ ਧੁੰਦ ਪੜ ਰਹੀ ਹੈ ਗਾੜੀ ਚਲਾਉਣੇ ਮੇ ਵੀ ਬਹੁਤ ਪਰੇਸ਼ਾਨੀ ਹੋ ਰਹੀ ਹੈ ਔਰ ਇਧਰ ਕੋਈ ਇੰਤਜ਼ਾਮ ਨਹੀਂ ਕੋਈ ਆਗ ਸੇਕ ਰਹਾ ਕੋਈ ਚਾਹ ਪੀ ਰਹਾ ਹੈ ਕੇਂਦਰ ਸ਼ਾਸਤ ਪ੍ਰਦੇਸ਼ ਸਤਾ ਦੀ ਹੈਂਡਬਾਲ ਦੀ ਤਰੇ ਰੋਜਾ ਚੈਂਪੀਅਨਸ਼ਿਪ ਸ਼ਾਸਤਰੀ ਨਗਰ ਖੇਡ ਮੈਦਾਨ ਚ ਸ਼ੁਰੂ ਹੋਈ ਮੱਧਯ ਅਤੇ ਮਹਿਲਾਏ ਦੋਨੇ ਵਰਗ ਚ ਕਰਾਈ ਜਾ ਰਹੀ ਇਸ ਸ਼੍ਰੇਣਕਲਾ ਦੀ 8ਵੀਂ ਚੈਂਪੀਅਨਸ਼ਿਪ ਹੈ ਜਿਹਦਾ ਸਰਿਸਤਾ ਜੰਮੂ ਕਸ਼ਮੀਰ ਖੇਡ ਪਰਸ਼ਦ ਤੇ ਜੰਮੂ ਕਸ਼ਮੀਰ ਹੈਂਡਬਾਲ ਐਸੋਸੀਏਸ਼ਨ ਆਸਿਆ ਰਲਿਆ ਕੀਤਾ ਗਿਆ ਸੂਚਨਾ ਵਿਭਾਗ ਦੀਆਂ ਟ੍ਰੈਕਰ ਸਪਨਾ ਕੋਤਵਾਲ ਉਦਘਾਟਨ ਸਮਰੋਹ ਮੁੱਖ ਪ੍ਰੋਣੀਆਂ ਹੀਆਂ ਜਿਸ ਲਈ ਕਿ ਜੰਮੂ ਕਸ਼ਮੀਰ ਹੈਂਡਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੇਸ਼ ਚੰਦਨ ਤੇ ਜੁਆਇੰਟ ਸਕੱਤਰ ਰਾਜੇਸ਼ ਗੋਪਾ ਕਪੂਰ ਮਾਂਜੋਗ ਪ੍ਰੋਣੀਆਂ ਤੇ ਦੌਰ ਉਪਰ ਮੌਜੂਦ ਹੈ ਇਸ ਟੂਰਨਾਮੈਂਟ 'ਚ ਜੰਮੂ ਕਸ਼ਮੀਰ ਦੇ ਪਾਕਪਕ ਜ਼ਿਲ੍ਹੇ ਥਮਾ ਆਏ ਦੇ ਕੋਈ ਤਰਾਸੋ ਖਿਡਾਰੀ ਇਸਾ ਲੈਕਰ ਦੇਨਾ। ਤੇ ਅਖੀਰ 'ਚ ਖਾਸ-ਖਾਸ ਖਬਰਾਂ ਵੀ ਪੜਤੀ ਹੈ। ਮੁਲਖਾ 'ਚ ਕੋਵਿਡ ਕਾਰਨ ਪੈਦਾ ਹੋਈ ਸਕਣਿਆਲੀ ਕੁਸਬੀ ਸਥਿਤੀ ਕੰਨ ਨਿਪੜਨ ਲਈ ਤਿਆਰੀ ਦੀ ਪਰਖ ਕਰਨੇ ਆਸਤੇ ਅੱਜ ਮੁਲਖ ਪਰੈ 'ਚ ਮੌਕ ਡ੍ਰਿਲ ਦਾ ਸਿਰਸਤਾ ਕੀਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੋਰੀ ਨੇ ਕੁੜੀਆਂ ਦੀ ਸਿੱਖਿਆ 'ਪਰ ਜ਼ੋਰ ਦਿੰਦੀ ਹੋਈ ਆਖਿਆ ਜੇ ਬੱਚੀ ਦੇ ਮਾਤਾ-ਪਿਤਾ ਸਮੇਤ ਪੂਰੇ ਸਮਾਜ ਕੀ ਇਹਦੇ 'ਚ ਸਹਿਯੋਗ ਦੇਣਾ ਲੋੜਤਾ। ਪਾਕਿਸਤਾਨ ਦੇ ਬਲੂਚਿਸਤਾਨ ਇਲਾਕੇ ਚ ਹੋਏ ਦੇ ਚਾਰ ਬਖ ਬਖ ਬੰਬ ਧਮਾਕੇ ਚ 6 ਸੁਰੱਖਿਆ ਕਰਮੀ ਦੀ ਮੌਤ 17 ਹੋਰ ਜ਼ਖਮੀ ਹੋਏ ਗਏ ਤੇ ਜੰਮੂ ਚ ਅੱਜ ਵੀ ਬੜ ਲੈਤ ਕਣੀ ਧੁੰਦ ਤੇ ਚਲਦੇ ਆਮ ਜਨ ਜੀਵਨ ਪ੍ਰਭਾਵਿਤ ਰਿਹਾ ਰੇਲ ਤੇ ਸੜਕਾਂ ਪਰ ਗੱਡੀਆਂ ਦੀ ਆਵਾਜਾਈ ਵੀ ਅਸਰ ਦਿਖਣੇ ਕੀ ਲੱਭਾ ਇਹਦੇ ਕੰਨੇ ਗਿਆ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ